ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਸਮੂਹ ਗੁਰੂ ਪਿਆਰੀ ਗੁਰੂਆਂ ਜੀ ਦਾ ਖਾਸ ਰੂਪ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਬਖਸ਼ ਸਦਕਾ ਗੁਰੂ ਜੀ ਨੇ ਮਿਹਰ ਕੀਤੀ ਹੈ ਰਹਿਮਤ ਕੀਤੀ ਹੈ ਸਤਿਗੁਰਾਂ ਨੇ ਦੋ ਦਿਨਾਂ ਗੁਰਮਤਿ ਸਮਾਗਮ ਆਪਾਂ ਨੂੰ ਬਖਸ਼ਿਸ਼ ਕੀਤਾ ਕੱਲ੍ਹ ਦਾ ਸਮਾਗਮ ਦੀ ਹਾਜ਼ਰੀ ਸਤਿਕਾਰਯੋਗ ਵੀਰ ਹਰਦੀਪ ਸਿੰਘ ਜੀ ਚੀਮਾ ਅਤੇ ਅੱਜ ਦੀ ਸਮਾਗਮ ਦੀ ਹਾਜ਼ਰੀ ਸਤਿਕਾਰਯੋਗ ਵੀਰ ਅਮਰਜੀਤ ਸਿੰਘ ਜੀ ਮਾਂਗੀਵਾਲ ਅਤੇ ਭਾਈ ਹਰਪ੍ਰੀਤ ਸਿੰਘ ਜੀ ਜਗਰਾਓਂ ਭਰਨਗੇ। ਆਪਾਂ ਸਾਰੀ ਹੀ ਸੰਗਤ ਨੇ ਸਤਿਕਾਰਯੋਗ ਵੀਰ ਜੀ ਹੋਰਾਂ ਪਾਸੋਂ ਗੁਰਮਤਿ ਵਿਚਾਰਾਂ ਸੁਣ ਕੇ ਨਿਹਾਲ ਹੋਣਾ ਹੈ। ਸੋ ਆਓ ਸਾਰੀ ਸੰਗਤ ਇੱਕ ਵਾਰ ਕਹਿਣ 'ਤੇ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਗਰ ਨਿਵਾਸੀ ਸੰਗਤਾਂ ਨੂੰ ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਭਾਈ ਗੁਰਸਿੱਖੋ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਆਪਾਂ ਸਾਰੇ ਹੀ ਆਪਣੇ ਪਰਿਵਾਰਾਂ ਵਿੱਚ ਬੱਚਿਆਂ ਵਿੱਚ ਨਗਰ ਵਿੱਚ ਖੁਸ਼ੀ ਨਾਲ ਸੁੱਖ ਸ਼ਾਂਤੀ ਨਾਲ ਜੀਵਨ ਜਿਉਂਦੇ ਹਾਂ। ਅੱਜ ਉਹਨਾਂ ਸਤਿਗੁਰਾਂ ਦਾ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਸਾਰੀ ਸੰਗਤ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚ ਕੇ ਵੀਰ ਅਮਰਜੀਤ ਸਿੰਘ ਜੀ ਮਾਂਗੇਵਾਲ ਆਪਣੇ ਕੋਲ ਪਹੁੰਚ ਚੁੱਕੇ ਹਨ, ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸੁਣੀਏ, ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਗਿਆਨ ਪ੍ਰਾਪਤ ਕਰੀਏ। ਆਪਣਾ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਭਲਾ ਕਰਨਗੇ ਗੁਰੂ ਜੀ ਦੇ ਗਿਆਨ ਨਾਲ ਜਦੋਂ ਅਸੀਂ ਜੁੜਾਂਗੇ। ਗੁਰੂ ਜੀ ਨੇ ਬਖਸ਼ਿਸ਼ ਕੀਤੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਿਸ ਸੱਚ ਦਾ ਪ੍ਰਚਾਰ ਆਰੰਭਿਆ ਉਹ ਸੱਚ ਦੇ ਪ੍ਰਚਾਰ ਨੂੰ ਅੱਜ ਸਮੁੱਚੀ ਮਨੁੱਖਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਿਹੜਾ ਬਚਨ ਸੀ, ਜੋ ਗੁਰੂ ਜੀ ਦਾ ਜੀਵਨ ਦਾ ਸਿਧਾਂਤ ਸੀ, ਅੱਜ ਸਵਾਰੀ ਹੀ ਮਨੁੱਖਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਬਚਨ ਨੂੰ ਕਮਾ ਰਹੀ ਹੈ। ਬੇਸ਼ੱਕ ਉਹ ਸਾਡੀ ਸੁਰਤ ਦੇ ਤਲ ਉੱਪਰ ਸਾਡੇ ਮਨ ਵਿੱਚ ਸਮਝ ਨਾ ਆ ਰਿਹਾ ਹੋਵੇ, ਸਾਨੂੰ
ਧਿਆਨ ਵਿੱਚ ਨਾ ਆ ਰਿਹਾ ਹੋਵੇ। ਜਿਸ ਮਨੁੱਖਾ ਜੀਵਨ ਦੀ ਪ੍ਰਾਪਤੀ ਦਾ ਸ਼ੁਭ ਗੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਮਨੁੱਖ ਨੂੰ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਸੱਪ ਅਧੇਰ ਪਲੋਆ। ਜਿਹੜੀ ਧੁੰਦ ਲਾਲਚੀ ਬਿਰਤੀ ਦੀ ਮਨੁੱਖ ਦੀ ਮਨ ਉੱਪਰ ਪਈ ਹੈ, ਅੱਜ ਆਪਾਂ ਸਾਰੇ ਹੀ ਇਸ ਗੱਲ ਤੋਂ ਚਿੰਤਤ ਹਾਂ, ਜਿਹੜਾ ਆ ਨੋਟਾਂ ਉੱਪਰ ਬੈਨ ਲੱਗਿਆ ਕਿ ਇਹ ਨੋਟ ਨਹੀਂ ਚੱਲਣਗੇ, ਕਿ ਇਹ ਕਰੰਸੀ ਹੈ ਜਿਹੜੀ 500 ਅਤੇ 1000 ਦਾ ਨੋਟ ਨਹੀਂ ਚੱਲੇਗਾ। ਇਹ ਹੋਇਆ ਕਿਉਂ ਜੀ? ਇਹਦੇ ਪਿੱਛੇ ਸਿਧਾਂਤ ਕਿਹੜਾ ਕੰਮ ਕਰ ਰਿਹਾ? ਸਾਹਿਬ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਇਸ ਸਮੁੱਚੀ ਮਨੁੱਖਤਾ ਨੂੰ, ਜੇਕਰ ਅੱਜ ਮੌਕੇ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਦੇਸ਼ ਭ੍ਰਿਸ਼ਟਾਚਾਰ ਤੋਂ ਮੁਕਤ ਹੋਣਾ ਚਾਹੀਦਾ, ਅਤੇ ਗੁਰੂ ਕੇ ਪਿਆਰ ਵਾਲੇ ਗੁਰਸਿੱਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ 500 ਸਾਲ ਪਹਿਲਾਂ ਇਹ ਸਾਨੂੰ ਸਿਧਾਂਤ ਗੁਰੂ ਜੀ ਨੇ ਬਖਸ਼ਿਸ਼ ਕੀਤਾ ਕਿ ਇਹ ਸਮਾਜ ਸੋਹਣਾ ਹੋਣਾ ਚਾਹੀਦਾ, ਇੱਥੇ ਹੇਰਾ ਫੇਰੀ ਠੱਗੀ ਕਿਸੇ ਦੇ ਨਾਲ ਨਾ ਹੋਵੇ। ਅੱਜ ਜਿਨ੍ਹਾਂ ਦੇ ਜੀਵਨ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੱਚ ਹੈ, ਜਿਹੜੇ ਵੀਰ ਆਪਣੀ ਇਮਾਨਦਾਰੀ ਨਾਲ ਕਿਰਤ ਕਰ ਰਹੇ ਨੇ, ਕੋਈ ਗਲਤ ਤਰੀਕੇ ਨਾਲ ਜਿਨ੍ਹਾਂ ਨੇ ਪੈਸਾ ਨਹੀਂ ਕਮਾਇਆ, ਅੱਜ ਬਿਲਕੁਲ ਉਹ ਆਪਣੇ ਮਨ ਕਰਕੇ ਸ਼ਾਂਤ ਚਿੱਤ ਨੇ, ਅਤੇ ਜਿਨ੍ਹਾਂ ਨੇ ਸੱਚ ਨੂੰ ਜੀਵਨ ਵਿੱਚ ਨਹੀਂ ਕਮਾਇਆ, ਜਿਹੜੇ ਸੱਚ ਨਾਲ ਨਹੀਂ ਜੁੜੇ, ਅੱਜ ਉਹਨਾਂ ਲਈ ਇਹ ਕਾਨੂੰਨ ਦਾ ਜ਼ਿਆਦਾ ਪ੍ਰਭਾਵ ਹੈ, ਕਿਉਂਕਿ ਉਹਨਾਂ ਨੇ ਟੇਢੇ ਤਰੀਕੇ ਨਾਲ ਕਮਾਇਆ ਹੋਇਆ ਪੈਸਾ ਸਾਂਭਣ ਦੀ ਟੈਨਸ਼ਨ ਬਣ ਗਈ ਹੈ। ਅਤੇ ਬਾਬਾ ਜੀ ਇਹੀ ਸੰਦੇਸ਼ ਦੇ ਰਹੇ ਸੀ ਨਾ ਜੀ ਸਮੁੱਚੀ ਮਨੁੱਖਤਾ ਨੂੰ, ਕਿ ਭਾਈ ਜੀਵਨ ਵਿੱਚ ਗਲਤ ਤਰੀਕੇ ਨਾਲ ਪੈਸਾ ਇਕੱਠਾ ਕਰੇਗਾ ਉਹ ਤੇਰੀ ਦਿਮਾਗ ਦੀ ਟੈਨਸ਼ਨ ਬਣ ਜਾਏਗਾ। ਅੱਜ ਜਿਨ੍ਹਾਂ ਲੋਕਾਂ ਨੇ ਹੇਰਾ ਫੇਰੀ ਕਰਕੇ ਪੈਸਾ ਇਕੱਠਾ ਕੀਤਾ, ਅੱਜ ਉਹਨਾਂ ਦੇ ਘਰਾਂ ਵਿੱਚ ਕਲੇਸ਼ ਪੈ ਗਏ ਨੇ, ਦਿਮਾਗੀ ਤੌਰ 'ਤੇ ਟੈਨਸ਼ਨਾਂ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਿਧਾਂਤ ਸਮੁੱਚੀ ਮਨੁੱਖਤਾ ਨੂੰ ਸਾਰੇ ਵਹਿਮਾਂ ਭਰਮਾਂ ਰਿਸ਼ਵਤ ਖੋਰੀਆਂ ਤੋਂ ਗੁਰੂ ਜੀ ਮੁਕਤ ਕਰਨਾ ਚਾਹੁੰਦੇ ਸਨ। ਇਸੇ ਸਿਧਾਂਤ ਨੂੰ ਜੀ ਅੱਜ ਸਮੁੱਚੀ ਮਨੁੱਖਤਾ ਕਮਾ ਰਹੀ ਹੈ, ਵੀ ਸੱਚ ਹੋਵੇ ਹੇਰਾ ਫੇਰੀ ਨਾ ਹੋਵੇ। ਕਾਨੂੰਨ ਵੀ ਇਹੀ ਕਹਿ ਰਿਹਾ ਨਾ ਜੀ ਵੀ ਹੇਰਾ ਫੇਰੀ ਨਾ ਹੋਵੇ, ਅਤੇ ਬਾਬਾ ਜੀ ਵੀ ਇਹੀ ਕਹਿ ਰਿਹਾ ਕਿ ਤੇਰੀ ਜੀਵਨ ਵਿੱਚ ਗੁਰੂ ਕੇ ਪਿਆਰ ਵਾਲੇ ਗੁਰਸਿੱਖਾ ਜਦੋਂ ਤੂੰ ਹੇਰਾ ਫੇਰੀ ਕਰੇਗਾ ਤਾਂ ਤੇਰੀ ਕਿਸੇ ਨੇ ਵਾਹ ਨਹੀਂ ਫੜਨੀ, ਸਰਕਾਰੀ ਸਿਕੰਜੇ ਵਿੱਚ ਆ ਜਾਏਗਾ। ਅਤੇ ਬਾਬਾ ਜੀ ਵੀ ਪਹਿਲਾਂ ਹੀ ਇਹ ਗੁਰੂ ਜੀ ਬਚਨ ਕਰ ਰਹੇ ਨੇ ਆਪਣੇ, ਪਾਪ ਕਮਾ ਵਧਿਆ ਤੇਰਾ ਕੋਈ ਨਾ ਬੇਲੀ ਰਾਮ। ਪਾਪ ਇੱਕ ਹੈ ਪਾਪ, ਇੱਕ ਹੈ ਅਪਰਾਧ, ਇਹਨਾਂ ਵਿੱਚ ਜੀ ਥੋੜ੍ਹਾ ਜਿਹਾ ਫਰਕ ਹੈ। ਜਿਹੜਾ ਬੰਦਾ ਅਪਰਾਧ ਕਰਦਾ ਹੈ, ਅਪਰਾਧ ਹੁੰਦਾ ਹੈ ਸਰੀਰਕ ਤਲ 'ਤੇ, ਅਪਰਾਧੀ ਲਈ ਕਾਨੂੰਨ ਬਣੇ ਹੈ, ਜੇਲ੍ਹਾਂ ਬਣੀਆਂ ਨੇ, ਕੋਰਟ ਕਚਹਿਰੀਆਂ ਬਣੀਆਂ ਨੇ। ਪਰ ਜਿਹੜਾ ਬੰਦਾ ਪਾਪ ਕਰਦਾ ਜੀ, ਪਾਪ ਹੈ ਉਹ ਮਨ ਦੇ ਤਲ 'ਤੇ ਹੁੰਦਾ, ਸਰੀਰ ਦੇ ਤਲ 'ਤੇ ਨਹੀਂ। ਪਾਪ ਕਮਾਉਂਦੇ ਆ ਗੁਰੂ ਜੀ ਕਹਿੰਦੇ, ਪਾਪੀਆ ਪਾਪ ਕਮਾਉਣਾ, ਜਿਹੜੇ ਤੂੰ ਗੁਰੂ ਜੀ ਦੀ ਗਿਆਨ ਤੋਂ ਟੁੱਟ ਕੇ ਜੀਵਨ ਵਿੱਚ ਗਲਤ ਪੁੱਠੇ ਕੰਮ ਕਰਦਾ, ਉਹਦਾ ਤੇਰੇ ਨੇ ਕਿਸੇ ਨੇ ਤੇਰੀ ਮਦਦ ਨਹੀਂ ਕਰਨੀ। ਇਹੋ ਹੀ ਅੱਜ ਹੋ ਰਿਹਾ ਨਾ ਜੀ। ਸੋ ਗੁਰੂ ਸਾਹਿਬ ਜੀ ਦੇ ਜਦੋਂ ਬਚਨ ਨੂੰ, ਸਿਧਾਂਤ ਨੂੰ ਜਿਨ੍ਹਾਂ ਨੇ ਜੀਵਨ ਵਿੱਚ ਕਮਾਇਆ, ਉਹਨਾਂ ਦਾ ਜੀਵਨ ਵਿੱਚ ਭਾਈ ਗੁਰਸਿੱਖੋ ਭਲਾ ਹੋ ਗਿਆ। ਆਪਾਂ ਅਰਦਾਸ ਵਿੱਚ ਇਹ ਬਚਨ ਅਖੀਰ ਵਿੱਚ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਨੁਕਤੇ ਨੂੰ ਥੋੜ੍ਹਾ ਜਿਹਾ ਵਿਚਾਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਭਾਵ ਨਾਨਕ ਨਾਮ, ਜਿਹੜੇ ਵੀਰ ਭੈਣ ਭਰਾ ਨਾਮ ਨਾਲ ਜੁੜ ਗਏ, ਜਿਨ੍ਹਾਂ ਦੀ ਅਟੈਚਮੈਂਟ ਨਾਮ ਨਾਲ ਹੋ ਗਈ, ਨਾਨਕ ਨਾਮ। ਨਾਮ ਕੀ ਹੈ ਜੀ? ਸੱਚ।
ਜਿਨ੍ਹਾਂ ਦੇ ਜੀਵਨ ਵਿੱਚ ਸੱਚ ਆ ਗਿਆ ਉਹਨਾਂ ਦੀ ਮਨ ਦੇ ਤਲ ਦੇ ਉੱਪਰ ਚੜ੍ਹਦੀ ਕਲਾ ਹੋ ਜਾਏਗੀ। ਨਾਮ ਕੀ ਹੈ? ਸੱਚ। ਸੱਚ ਜਦੋਂ ਜੀਵਨ ਵਿੱਚ ਆ ਗਿਆ ਫਿਰ ਬਖਸ਼ਿਸ਼ ਕੀ ਹੋ ਜਾਏ ਜੀ? ਗੁਰੂ ਸਾਹਿਬ ਜੀ ਦੀ ਸਤਿਗੁਰ ਹੋਏ ਦਿਆਲ ਨਾ ਕਬਹੂੰ ਚੂਰੀ ਹੈ। ਜਦੋਂ ਗੁਰੂ ਜੀ ਦਿਆਲ ਹੋ ਜਾਣ ਭਾਵ ਨਾਮ ਸਾਡੇ ਜੀਵਨ ਵਿੱਚ ਆ ਗਿਆ, ਸੱਚ ਸਾਡੇ ਜੀਵਨ ਵਿੱਚ ਆ ਗਿਆ ਤਾਂ ਸਾਡੀ ਚੜ੍ਹਦੀ ਕਲਾ ਹੋ ਜਾਣੀ ਹੈ ਜੀ। ਅਤੇ ਇਤਿਹਾਸ ਵੀ ਗਵਾਹ ਭਰਦਾ ਜੀ ਇਹ ਗੱਲ ਦੀ ਵੀ ਜਿਨ੍ਹਾਂ ਨੇ ਨਾਮ ਨੂੰ ਜੀਵਨ ਵਿੱਚ ਕਮਾਇਆ ਉਹਨਾਂ ਦੀ ਚੜ੍ਹਦੀ ਕਲਾ ਗੁਰੂ ਸਾਹਿਬ ਜੀ ਕਹਿੰਦੇ ਹੋਈ ਹੈ ਭਾਈ। ਕਿਉਂਕਿ ਨਾਮ ਨੂੰ ਹੀ, ਸੱਚ ਨੂੰ ਹੀ ਜੀਵਨ ਵਿੱਚ ਲਿਆਉਣਾ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਿਧਾਂਤ ਹੈ, ਕਿਬ ਸਚਿਆਰਾ ਹੋਈ ਹੈ ਕਿਬ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਨਾਨਕ ਬਾਬਾ ਜੀ ਕਹਿੰਦੇ ਵੀ ਤੂੰ ਸੱਚਾ ਕਿਵੇਂ ਬਣ ਸਕਦਾ ਭਾਈ, ਸੱਚਾ ਚੰਗਾ ਕਿੱਦਾਂ ਬਣ ਸਕਦਾ, ਸੁਚੱਜਾ ਕਿੱਦਾਂ ਬਣ ਸਕਦਾ, ਕਿਬ ਸਚਿਆਰਾ ਹੋਈ ਹੈ। ਇੱਥੇ ਗੁਰੂ ਜੀ ਆਪ ਹੀ ਕੁਐਸਚਨ ਕਰਦੇ ਹੈ, ਆਪ ਹੀ ਗੁਰੂ ਸਾਹਿਬ ਜੀ ਇਸ ਗੱਲ ਦਾ ਉੱਤਰ ਦਿੰਦੇ ਹੈ। ਇਹ ਸਮਝਾ ਆਪਾਂ ਨੂੰ ਰਹੇ ਨੇ ਜੀ ਗੁਰੂ ਜੀ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਾਂ ਆਪ ਨਰਾਇਣ ਕਲਾ ਧਾਰ ਜਗਮੈਂ ਪਰਵਰਿਓ, ਉਹ ਆਪਣੇ ਉੱਪਰ ਲਾ ਕੇ ਗੱਲ ਕਹਿਣਾ ਸਾਨੂੰ, ਸਮਝਾਉਣਾ ਸਾਨੂੰ ਕਰਦੇ ਹੈ। ਜਿੱਦਾਂ ਆਪਾਂ ਪਿੰਡਾਂ ਦੀ ਇੱਕ ਆਪਾਂ ਅਖਾਣ ਪਾਉਂਦੇ ਹਾਂ ਨਾ ਜੀ, ਇਹ ਪਿੰਡ ਵਿੱਚ ਪ੍ਰਚਲਿਤ ਗੱਲ ਹੈ, ਕਹਿੰਦੇ ਕਹਿਣਾ ਧੀ ਨੂੰ ਸਮਝਾਉਣਾ ਨੂੰਹ ਨੂੰ, ਇੱਦਾਂ ਹੀ ਕਹਿੰਦੇ ਆ ਨਾ ਜੀ। ਕਾਰਨ ਕੀ? ਧੀ ਨੂੰ ਕਹਿਣਾ ਸੌਖਾ ਹੈ ਅਤੇ ਸਮਝਾਉਣਾ ਨੂੰਹ ਨੂੰ ਹੁੰਦਾ। ਅਤੇ ਗੁਰੂ ਜੀ ਸਮਝਾ ਆਪਾਂ ਨੂੰ ਰਹੇ ਨੇ, ਇਹ ਤੋਂ ਭਾਵ ਇਹ ਨਹੀਂ ਸਮਝ ਲੈਣਾ ਕਿ ਗੁਰੂ ਨਾਨਕ ਸਾਹਿਬ ਆਪ ਸੱਚੇ ਹੋਣ ਦੀ ਗੱਲ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਸੱਚ ਸਰੂਪ ਨੇ, ਗੁਰੂ ਨਾਨਕ ਸਾਹਿਬ ਜੀ ਸੱਚ ਨੇ। ਕਿਬ ਸੁਚਿਆਰਾ ਹੋਈ ਹੈ, ਕਿਬ ਕੂੜੈ ਟੁੱਟੈ ਪਾਲ, ਇਹ ਝੂਠ ਦੇ ਹਨੇਰੇ ਦੀ ਜਿਹੜੀ ਕੰਧ ਸਾਡੇ ਅੱਗੇ ਬਣੀ ਹੈ ਇਹ ਕਿੱਦਾਂ ਟੁੱਟ ਸਕਦੀ ਹੈ ਜੀ? ਗੁਰੂ ਨਾਨਕ ਸਾਹਿਬ ਕਹਿੰਦੇ ਇਹਦਾ ਤਰੀਕਾ ਇਹ ਹੈ ਭਾਈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਰੱਬ ਜੀ ਦੇ ਹੁਕਮ ਵਿੱਚ ਚੱਲਿਆ ਕਰ ਅਤੇ ਤੇਰੇ ਜਿਹੜੇ ਭਰਮ ਭੁਲੇਖੇ ਨੇ ਜ਼ਿੰਦਗੀ ਵਿੱਚੋਂ ਨਿਕਲ ਜਾਣਗੇ। ਅਤੇ ਮਾਫ਼ ਕਰਿਓ ਜੀ, ਮਨੁੱਖ ਰੱਬ ਦੇ ਹੁਕਮ ਵਿੱਚ ਚੱਲਣ ਤੋਂ ਬਿਨਾਂ ਅੱਜ ਮਨੁੱਖਤਾ ਦਾ ਜਿਹੜਾ ਘਾਣ ਹੋ ਰਿਹਾ ਇਹ ਇਸੇ ਕਰਕੇ ਹੀ ਹੋ ਰਿਹਾ, ਕਿਉਂਕਿ ਇੱਕ ਮਨੁੱਖ ਹੀ ਹੈ ਜਿਹੜਾ ਰੱਬ ਦੇ ਭੈ ਵਿੱਚ ਨਹੀਂ, ਸਾਰੀ ਸ੍ਰਿਸ਼ਟੀ ਰੱਬ ਜੀ ਦੇ ਹੁਕਮ ਵਿੱਚ ਚੱਲ ਰਹੀ ਹੈ। ਰੱਬ ਜੀ ਦੇ ਭੈ ਵਿੱਚ ਚੱਲ ਰਹੇ ਨੇ ਸਾਰੇ ਚੰਦ ਸੂਰਜ ਹਵਾ ਪਾਣੀ, ਰੱਬ ਜੀ ਦੇ ਭੈ ਵਿੱਚ ਚੱਲਦਾ। ਅਤੇ ਗੁਰੂ ਸਾਹਿਬ ਜੀ ਆਪਾਂ ਨੂੰ ਇਸ ਬਖਸ਼ਿਸ਼ ਕਰਦੇ ਨੇ ਭਾਈ, ਰੱਬ ਜੀ ਦੀ ਰਜ਼ਾ ਵਿੱਚ ਰਿਹਾ ਕਰ। ਰੱਬ ਜੀ ਦੀ ਰਜ਼ਾ ਕੀ ਜੀ? ਰੱਬ ਜੀ ਦੇ ਹੁਕਮ ਵਿੱਚ ਰਿਹਾ ਕਰ। ਰੱਬ ਜੀ ਦਾ ਹੁਕਮ ਕੀ ਹੈ? ਰੱਬ ਜੀ ਦਾ ਹੁਕਮ ਕੀ ਹੈ ਜੀ ਆਪਣੇ ਲਈ? ਉਹ ਤੱਤ ਨਿਚੋੜ ਗੁਰੂ ਸਾਹਿਬ ਜੀ ਨੇ ਮੂਲ ਮੰਤਰ ਦੇ ਵਿੱਚ ਆਪਾਂ ਨੂੰ ਦਿੱਤਾ, ਜਿਹੜਾ ਆਪਾਂ ਮੂਲ ਮੰਤਰ ਬਾਣੀ ਦਾ ਪੜ੍ਹਦੇ ਹਾਂ ਉਹਦੇ ਵਿੱਚ ਗੁਰੂ ਜੀ ਨੇ ਸਾਰਾ ਨਿਚੋੜ ਸਾਨੂੰ ਦਿੱਤਾ। ਕੀ ਗੁਰੂ ਜੀ ਕੀ ਕਹਿੰਦੇ? ਇੱਕ ਓਅੰਕਾਰ, ਵਾਹਿਗੁਰੂ ਇੱਕ ਹੈ। ਜਦੋਂ ਇੱਕ ਵਾਹਿਗੁਰੂ ਆਪਾਂ ਸਾਰਿਆਂ ਨੇ ਮੰਨ ਲਿਆ ਵਾਹਿਗੁਰੂ ਇੱਕ ਹੈ ਤਾਂ ਆਪਾਂ ਸਾਰੇ ਇੱਕ ਹੋ ਗਏ, ਕਿਉਂਕਿ ਆਪਾਂ ਮਨ ਦੇ ਤਲ 'ਤੇ ਮੰਨ ਲਿਆ ਨਾ ਜੀ। ਹਜੇ ਤਾਂ ਸਾਡੀ ਜੀਭ ਕਹਿੰਦੀ ਆ ਵੀ ਰੱਬ ਇੱਕ ਹੈ, ਜੀਭ ਨੇ ਕਹਿਤਾ, ਪਰ ਮਨ ਕਹਿੰਦਾ ਨਹੀਂ, ਰੱਬ ਤੋਂ ਬਿਨਾਂ ਹੋਰ ਕੁਝ ਵੀ ਹੈ। ਗੁਰੂ ਜੀ ਕਹਿੰਦੇ ਪਰਮਾਤਮਾ ਇੱਕ ਹੈ, ਮਨ ਕਹਿੰਦਾ ਨਹੀਂ ਬਾਬਾ ਤੈਨੂੰ ਭੁਲੇਖਾ ਪੈ ਗਿਆ ਚੀਜ਼ਾਂ ਕੁੱਲ ਨੇ। ਮਨ ਨਹੀਂ ਨਾ ਜੀ, ਗੁਰੂ ਜੀ ਦੇ ਬਚਨ ਨੂੰ ਮੰਨਣ ਲਈ ਮਨ ਤਿਆਰ ਨਹੀਂ ਹੈ। ਇੱਕ ਓਅੰਕਾਰ, ਜਦੋਂ ਗੁਰੂ ਜੀ ਨੇ ਕਿਹਾ ਇੱਕ ਓਅੰਕਾਰ, ਸਾਡੀ ਸੁਰਤ ਨੇ ਸੁਣਿਆ ਇੱਕ ਓਅੰਕਾਰ ਅਤੇ ਮਨ ਮੰਨ ਗਿਆ ਵੀ ਹਾਂ ਭਾਈ ਵਾਹਿਗੁਰੂ ਇੱਕ ਹੈ। ਜਦੋਂ ਇੱਕ ਹੈ ਤਾਂ ਦੂਸਰੇ ਦਾ ਕੰਮ ਬਿਨਾਂ ਕਹੇ ਆਪਣੇ ਆਪ ਖਤਮ ਹੋ ਗਿਆ, ਦੂਜਾ ਤਾਂ ਹੈ ਹੀ ਨਹੀਂ, ਇੱਕ ਹੈ ਨਾ ਜੀ। ਸਤਨਾਮ, ਸਤ ਤੋਂ ਭਾਵ ਸੱਚ, ਨਾਮ ਤੋਂ ਭਾਵ ਹੋਂਦ। ਪਰਮਾਤਮਾ ਦੀ ਜਿਹੜੀ ਹੋਂਦ ਹੈ, ਪਰਮਾਤਮਾ ਦਾ ਜਿਹੜਾ ਵਜੂਦ ਹੈ ਉਹ ਸੱਚ ਹੈ। ਪਰਮਾਤਮਾ ਵੀ ਸੱਚ ਹੈ, ਉਹ ਸੱਚ ਆਪਣੇ ਜੀਵਨ ਵਿੱਚ ਆ ਗਿਆ ਅਤੇ ਆਪਾਂ ਵੀ ਸੱਚੇ ਬਣ ਗਏ।
ਕਰਤਾ ਪੁਰਖ ਕਰਤਾ ਰੱਬ ਜੀ ਸਾਰਾ ਕੁਝ ਬਣਾਉਣ ਵਾਲੇ ਨੇ। ਜਦੋਂ ਸਾਰਾ ਕੁਝ ਸਾਨੂੰ ਰੱਬ ਜੀ ਦਾ ਦਿਖਿਆ ਹੋਏਗਾ, ਬਣਾਇਆ ਹੋਇਆ ਦਿਸੇਗਾ, ਤਾਂ ਸਾਨੂੰ ਆਪਣੀ ਮੈਂ ਮਰ ਜਾਏਗੀ ਵੀ ਜਿਹੜਾ ਐਡਾ ਵੱਡਾ ਤੇਰਾ ਖੇਤ ਹੈ ਭਾਈ, ਆਹ ਤੇਰਾ ਜਿਹੜਾ ਸੋਹਣਾ ਘਰ ਹੈ, ਆਹ ਜਿਹੜੇ ਬੱਚੇ ਨੇ ਤੇਰੇ, ਇਹ ਕਰਤਾ ਵਾਹਿਗੁਰੂ ਹੈ, ਬਣਾਉਣ ਵਾਲਾ ਕਰਤਾ ਹੈ, ਉਹਨੇ ਸਾਰਾ ਕੁਝ ਬਣਾਇਆ, ਇਹ ਸਾਰਾ ਕੁਝ ਉਹਦਾ, ਤੂੰ ਤਾਂ ਆਪ ਉਹਦਾ। ਕਰਤਾ ਪੁਰਖ ਨਿਰਭਉ, ਵਾਹਿਗੁਰੂ ਜੀ ਦਾ ਜਿਹੜਾ ਸੁਭਾਅ ਹੈ ਉਹ ਕਿਸੇ ਤੋਂ ਡਰਦੇ ਨਹੀਂ, ਨਿਰਭਉ ਡਰ ਰਹਿਤ ਨੇ, ਨਿਰਵੈਰ, ਰੱਬ ਜੀ ਕਿਸੇ ਨਾਲ ਵੈਰ ਨਹੀਂ ਰੱਖਦੇ। ਜੇ ਰੱਬ ਨਹੀਂ ਡਰਦਾ, ਰੱਬ ਦਾ ਇਹ ਗੁਣ ਸਾਡੇ ਜੀਵਨ ਵਿੱਚ ਆ ਗਿਆ ਵੀ ਰੱਬ ਨਿਰਭਉ ਹੈ, ਤਾਂ ਫਿਰ ਅਸੀਂ ਵੀ ਲੋਕਾਂ ਤੋਂ ਡਰਨਾ ਸ਼ੁਰੂ ਕਰ, ਲੋਕਾਂ ਤੋਂ ਜਿਹੜਾ ਡਰ ਰਹੇ ਹਾਂ ਵੀ ਜੇ ਮੈਂ ਮੰਨਤਾ ਮਨੌਤੀ ਨਾ ਕਰੀ ਤਾਂ ਲੋਕ ਕੀ ਕਹਿਣਗੇ, ਜੇ ਮੈਂ ਆਪਣੇ ਬੇਟੇ ਦੀ ਬੇਟੀ ਦੀ ਸ਼ਾਦੀ ਵਿੱਚ ਗਾਉਣ ਵਾਲੇ ਨਾ ਨਚਾਏ ਤਾਂ ਲੋਕ ਕੀ ਕਹਿਣਗੇ। ਕਿਉਂਕਿ ਡਰ ਹੈ ਨਾ ਜੀ, ਸਾਨੂੰ ਮਾਫ ਕਰਿਓ, ਲੋਕਾਂ ਤੋਂ ਡਰਦਾ ਮਾਰਾ ਮਨੁੱਖ, ਦੁਨੀਆਂ ਦੇ ਡਰਦਾ ਮਾਰਾ ਮਨੁੱਖ ਹੀ ਅੱਜ ਜੇਕਰ ਕਰਜਈ ਹੈ, ਅੱਜ ਜੇਕਰ ਬਲਾਤਕਾਰ ਵਰਗੀਆਂ ਭਿਆਨਕ ਬਿਮਾਰੀਆਂ, ਅੱਜ ਜਿਹੜਾ ਐਡੇ ਵੱਡੇ ਰੋਗ ਫੈਲੇ ਨੇ, ਇਹਨਾਂ ਦਾ ਕਾਰਨ ਇੱਕੋ ਹੀ ਹੈ ਕਿ ਮਨੁੱਖ ਰੱਬ ਜੀ ਤੋਂ ਡਰ ਨਹੀਂ ਰਿਹਾ। ਨਿਰਵੈਰ ਰੱਬ ਜੀ ਦਾ ਸੁਭਾਅ ਹੈ, ਕਿਸੇ ਨਾਲ ਵੈਰ ਨਹੀਂ ਕਰਦੇ, ਅਤੇ ਜਦੋਂ ਇਹ ਗੁਰੂ ਜੀ ਦਾ ਗੁਣ ਸਾਡੇ ਜੀਵਨ ਵਿੱਚ ਆ ਗਿਆ ਤਾਂ ਆਪਾਂ ਵੀ ਕਿਸੇ ਨਾਲ ਈਰਖਾ ਕਰਨੀ ਬੰਦ ਕਰ ਦੇਵਾਂਗੇ। ਕਿਉਂਕਿ ਜੀ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਗੁਰੂ ਜੀ ਨੂੰ, ਗੁਰੂ ਨਾਨਕ ਸਾਹਿਬ ਨੂੰ ਆਪਾਂ ਆਪਣੇ ਅੰਦਰ ਪ੍ਰਗਟ ਕਰਨਾ ਹੈ। ਸਤਿਗੁਰ ਨਾਨਕ ਪ੍ਰਗਟਿਆ ਅਤੇ ਗੁਰੂ ਜੀ ਸਾਡੇ ਅੰਦਰ ਪ੍ਰਗਟ ਹੋ ਜਾਣ, ਸਾਡੀ ਸੁਰਤ ਵਿੱਚ ਗੁਰੂ ਸਾਹਿਬ ਜੀ ਪ੍ਰਗਟ ਹੋ ਜਾਣ, ਚਾਨਣ ਹੋ ਜਾਏ ਸਾਡੇ ਜੀਵਨ ਵਿੱਚ। ਪਰਮਾਤਮਾ ਦਾ ਜਿਹੜਾ ਅਗਲਾ ਸੁਭਾਅ ਹੈ, ਨਿਰਭਉ ਨਿਰਵੈਰ ਅਕਾਲ ਮੂਰਤ, ਪਰਮਾਤਮਾ ਜੀ ਸਮੇਂ ਤੋਂ ਰਹਿਤ ਨੇ, ਸਮੇਂ ਦੇ ਅਧੀਨ ਨਹੀਂ, ਅਤੇ ਜਦੋਂ ਉਹ ਪਰਮਾਤਮਾ ਜੀ ਦਾ ਵਚਨ ਸਾਡੇ ਜੀਵਨ ਵਿੱਚ ਆ ਗਿਆ ਤਾਂ ਆਪਾਂ ਵੀ ਸਮੇਂ ਦੇ, ਜੇ ਰੱਬ ਵੀ ਸਮੇਂ ਤੋਂ ਬਾਹਰ ਹੈ, ਆਪਾਂ ਸਾਰੇ ਸਮੇਂ ਅਧੀਨ ਹਾਂ, ਅਤੇ ਫਿਰ ਮਰਨਾ ਸਾਨੂੰ ਮੌਤ ਚੰਗੀ ਲੱਗਣ ਲੱਗ ਜਾਏਗੀ, ਮੌਤ ਦਾ ਡਰ ਦੂਰ ਹੋ ਜਾਏਗਾ। ਕਿਉਂਕਿ ਰੱਬ ਦਾ ਸੁਭਾਅ ਨਾ ਜੀ, ਰੱਬ ਨੂੰ ਮੌਤ ਨਹੀਂ ਆਉਂਦੀ, ਅਤੇ ਫਿਰ ਆਪਣਾ ਮਨ ਇਹ ਕਬੂਲ ਲਏਗਾ ਵੀ ਤੇਰਾ ਸਰੀਰ ਹੀ ਮਿੱਟੀ ਹੋਏਗਾ, ਆਹ ਤੇਰਾ ਹੱਡ ਮਾਸ ਹੀ ਮੱਚੇਗਾ, ਰੱਬ ਨੇ ਮਰਨਾ ਨਹੀਂ ਅਤੇ ਤੈਂ ਵੀ ਨਹੀਂ ਮਰਨਾ। ਅਜੂਨੀ ਰੱਬ ਜੂਨੀਆਂ ਵਿੱਚ ਨਹੀਂ ਆਉਂਦਾ, ਅਤੇ ਅਸੀਂ ਵੀ ਜਿਉਂਦੇ ਜੀ ਜਿਹੜੀਆਂ ਜੂਨਾਂ ਵਿੱਚ ਪੈਂਦੇ ਹਾਂ, ਉਹ ਜੂਨਾਂ ਤੋਂ ਅਸੀਂ ਵੀ ਭਾਈ ਸਾਰੇ ਮੁਕਤ ਹੋ ਜਾਵਾਂਗੇ। ਸਹਿ ਭੰਗ, ਪਰਮਾਤਮਾ ਦਾ ਪ੍ਰਕਾਸ਼ ਆਪਣੇ ਆਪ ਹੋਇਆ ਹੈ, ਰੱਬ ਨੂੰ ਕਿਸੇ ਨੇ ਬਣਾਇਆ ਨਹੀਂ, ਅਤੇ ਜਦੋਂ ਇਹ ਗੁਰੂ ਜੀ ਦਾ ਬਚਨ ਜੀਵਨ ਵਿੱਚ ਆ ਗਿਆ ਫਿਰ ਮਨ ਦੇ ਤਲ 'ਤੇ ਇਹ ਸਾਨੂੰ ਸਮਝ ਲੱਗਣ ਲੱਗ ਜਾਏਗੀ ਕਿ ਭਾਈ ਜਿਹੜਾ ਆਹ ਸਰੀਰ ਹੈ, ਵਾਲਾਂ ਤੋਂ ਬਰੀਕ ਨਾੜੀਆਂ ਜਿਹੜੀਆਂ ਤੇਰੇ ਸਰੀਰ ਦੇ ਅੰਦਰ ਚੱਲ ਰਹੀਆਂ ਨੇ, ਇਹਨਾਂ ਦੇ ਵਿੱਚ ਖੂਨ ਚਲਾਉਣ ਵਾਲਾ ਵਾਹਿਗੁਰੂ ਹੀ ਹੈ, ਤੈਨੂੰ ਉਹਨੇ ਬਣਾਇਆ, ਉਹਨੇ ਤੈਨੂੰ ਮਾਰਨਾ। ਬਸ ਪ੍ਰਕਾਸ਼ ਸਾਡਾ ਵੀ ਰੱਬ ਨੇ ਹੀ ਬਣਾ ਕੇ ਭੇਜਿਆ ਜੀ ਆਪਾਂ ਨੂੰ ਵੀ, ਆਪਾਂ ਕਿਹੜਾ ਆਪਣੀ ਮਰਜ਼ੀ ਨਾਲ ਆ ਗਏ ਇਸ ਦੁਨੀਆ ਉੱਪਰ। ਪ੍ਰਾਪਤੀ, ਇਹ ਸਾਰੇ ਜਿਹੜੇ ਗੁਣ ਨੇ ਜਿਹੜੇ ਆਪਾਂ ਉੱਪਰ ਗੁਣ ਗੁਰੂ ਜੀ ਦੇ ਵਿਚਾਰੇ ਨੇ, ਇੱਕੋ ਓਅੰਕਾਰ ਤੋਂ ਲੈ ਕੇ ਸਹਿ ਭੰਗ ਤੱਕ, ਇਹ ਗੁਣ ਪ੍ਰਾਪਤ ਕਿੱਦਾਂ ਹੁੰਦੇ ਨੇ, ਅਖੀਰ ਵਿੱਚ ਗੁਰੂ ਜੀ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ ਵੀ ਆਹ ਜਿਹੜੇ ਉੱਪਰ ਵਾਲੇ ਵਿਚਾਰ ਹੈ ਇਹ ਮਿਲਦੀ ਕਿੱਥੋਂ ਹੈ, ਗੁਰ ਪ੍ਰਸਾਦ, ਗੁਰੂ ਜੀ ਦੀ ਕਿਰਪਾ ਨਾਲ ਭਾਈ ਇਹ ਮਿਲਣੀ ਹੈ। ਗੁਰ ਪ੍ਰਸਾਦ, ਗੁਰੂ ਕੌਣ ਹੈ, ਅਤੇ ਇਹ ਵੀ ਗੁਰੂ ਅਰਜਨ ਮਹਾਰਾਜ ਜੀ ਨੇ ਦੱਸ ਦਿੱਤਾ ਵੀ ਤੈਨੂੰ ਭੁਲੇਖਾ ਨਾ ਪੈ ਜੇ ਕਿਤੇ ਕੱਚੇ ਬੰਦੇ ਨੂੰ, ਕਿਸੇ ਦੇਹ ਵਾਲੇ ਸਰੀਰ ਵਾਲੇ ਬਾਬੇ ਨੂੰ ਆਪਣਾ ਗੁਰੂ ਨਾ ਬਣਾ ਲਈ, ਕਿਤੇ ਉਹਦੇ ਗਿੱਟਿਆਂ ਨੂੰ ਮੱਥੇ ਨਾ ਟੇਕਣ ਲੱਗ ਜੀ। ਇਹ ਗੁਰੂ ਜੀ ਨੇ ਦੱਸਿਆ ਜੀ, ਕਹਿੰਦੇ ਪ੍ਰਾਪਤੀ ਕਿੱਥੋਂ ਹੋਣੀ ਹੈ, ਗੁਰੂ ਕੌਣ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸਿੱਖਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਜਿੰਨੇ ਸੋਹਣੇ ਸੋਹਣੇ ਬਚਨ ਨੇ, ਜਿਹੜਾ ਗਿਆਨ ਹੈ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਮਾਇਆ ਹੋਇਆ ਹੈ। ਫਿਰ ਕਰਨਾ ਕੀ ਹੈ, ਗੁਰੂ ਜੀ ਕਹਿੰਦੇ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰਾ ਗਿਆਨ, ਕਰਨਾ ਕੀ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਹ ਅਗਲੀ ਗੱਲ ਇਹ ਸਮਝ ਲੈ ਸਿੱਖਾ, ਜਿਹੜੀ ਗੱਲ ਗੁਰੂ ਜੀ ਕਹਿੰਦੇ ਹੈ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ।
ਸੇਵਕ ਬਣ ਕੇ, ਗੁਰੂ ਜੀ ਕਹਿੰਦੇ ਮੰਨੀ ਸੇਵਕ ਬਣ ਕੇ ਗੁਰੂ ਨਾਨਕ ਜੀ ਦੇ ਬਚਨਾਂ ਨੂੰ ਮੰਨ ਲਈ। ਅਤੇ ਇਹ ਵੀ ਬਚਨ ਆਪਾਂ ਮਹਾਰਾਜ ਜੀ ਦਾ ਸੁਣਦੇ ਹਾਂ ਜੀ ਹੁਕਮਨਾਮੇ ਦੇ ਰੂਪ ਵਿੱਚ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰਾਖੋ ਰਾਖਨਹਾਰ ਦਇਆਲਾ, ਨਾਨਕ ਕਰਕੇ ਗੋਲੇ। ਗੁਰੂ ਜੀ ਦੇ ਘਰ ਦਾ ਗੋਲਾ ਬਣ ਕੇ ਰਹੀ, ਹੰਕਾਰ ਵਿੱਚ ਨਾ ਹੀ, ਗੁਰੂ ਜੀ ਦੇ ਬਚਨ ਨੂੰ ਸੱਤ ਕਰਕੇ ਮੰਨ ਲਈ, ਆਪਣਾ ਦਿਮਾਗ ਗੁਰੂ ਜੀ ਕਹਿੰਦੇ ਲਾਉਣਾ ਬੰਦ ਕਰ ਦੇ, ਗੁਰੂ ਜੀ ਦੇ ਬਚਨ ਮੁਤਾਬਕ ਜੀਵਨ ਵਿੱਚ ਚੱਲਣਾ ਸ਼ੁਰੂ ਕਰ ਦੇ, ਤਾਂ ਫਿਰ ਬਖਸ਼ਿਸ਼ ਫੇਰ ਹੋਏਗੀ ਜੀ ਅਗਲੀ। ਆਪਾਂ ਇਹ ਬਚਨ ਬਹੁਤ ਵਾਰ ਸੁਣਿਆ ਨਾ ਜੀ, ਖੁਸ਼ੀ ਦੇ ਸਮਾਗਮਾਂ ਵਿੱਚ ਅਕਸਰ ਸਾਡੇ ਪ੍ਰਚਾਰਕ ਵੀਰ ਕਥਾ ਕੀਰਤਨੀਆਂ ਵਾਲੇ ਪੜ੍ਹਦੇ ਹੈ, ਜਦੋਂ ਘਰ ਵਿੱਚ ਸਾਦੀ ਹੁੰਦੀ ਹੈ, ਖੁਸ਼ੀ ਹੁੰਦੀ ਹੈ। ਇਹ ਪੰਕਤੀਆਂ ਆਮ ਆਪਾਂ ਸੁਣਦੇ ਹਾਂ ਜੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇਹ ਲੱਖਾਂ ਖੁਸ਼ੀਆਂ ਤਾਂ ਮਿਲਣਗੀਆਂ ਜੀ, ਉਦੋਂ ਪਹਿਲਾਂ ਜਿਹੜੇ ਸਾਰੇ ਪੇਪਰ ਨੇ ਇਹ ਕਲੀਅਰ ਕਰਨੇ ਪੈਣੇ ਆ, ਸਰਟੀਫਿਕੇਟ ਫੇਰ ਮਿਲੇਗਾ। ਇਹ ਸਾਰੇ ਬਚਨ ਮੰਨ ਕੇ ਗੁਰੂ ਜੀ ਦਾ ਫੇਰ, ਇਹ ਗੁਰੂ ਜੀ ਦੇ ਬਚਨ ਜੀ ਫੇਰ ਉਸ ਤੋਂ ਬਾਅਦ ਪੂਰੇ ਹੋਣਗੇ। ਆਪਾਂ ਸੁਣਦੇ ਹਾਂ ਨਾ ਜੀ ਮਹਾਰਾਜ ਦੇ ਬਚਨ। ਜੋ ਮੰਗ ਹੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵ ਹੈ। ਜੋ ਮੰਗੇਗਾ ਮਿਲੇਗਾ, ਮਿਲੇਗਾ ਕਦੋਂ? ਪਹਿਲਾਂ ਠਾਕਰ ਬਣਾਉਣਾ ਪੈਣਾ, ਆਪਣਾ ਬਣਾ ਪਹਿਲਾਂ ਉਹਨੂੰ। ਹਜੇ ਮੂਰਖ ਮਨਾ, ਤੂੰ ਉਹਨੂੰ ਆਪਣਾ ਨਹੀਂ ਬਣਾ ਰਿਹਾ, ਹਜੇ ਤੂੰ ਹੋਰ ਨੂੰ ਆਪਣਾ ਬਣਾਈ ਬੈਠਾ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮਾਫ਼ ਕਰਿਓ ਜੀ, ਅੱਜ ਗਿਆਨ ਨਾਲੋਂ ਟੁੱਟ ਕੇ ਦੋ ਚਾਰ ਕੰਮਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿੱਖਾਂ ਨੇ ਸਮਝ ਲਿਆ ਵੀ ਜਦੋਂ ਘਰ ਵਿੱਚ ਲੜਕੀ ਦਾ ਲੜਕੇ ਦੀ ਸ਼ਾਦੀ ਹੈ, ਇੱਕ ਗੁਰੂ ਜੀ ਨੂੰ ਉਦੋਂ ਲਿਆਉਣਾ ਹੁੰਦਾ ਜਾਂ ਮਰਗ ਦਾ ਭੋਗ ਪੈ ਜੇ ਉਦੋਂ ਘਰ ਲਿਆਉਣਾ ਹੁੰਦਾ ਵੀ ਬਸ ਗੁਰੂ ਜੀ ਨੂੰ ਤਾਂ ਇੱਦਾਂ ਹੀ ਸਮਝ ਲਿਆ। ਜੇ ਪਖੰਡੀ ਬਾਬਿਆਂ ਨੇ ਇੱਦਾਂ ਸਮਝ ਲਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਕਰ ਦਿਉ, ਪੈਸੇ ਨਾ ਤੋਂ ਮੱਥਾ ਟਿਕਾਈ ਜਾਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੈਸੇ ਕਮਾਉਣ ਲਈ ਪਖੰਡੀ ਬਾਬੇ ਵਰਤ ਰਹੇ ਅੱਜ ਵੀ। ਕਿਸ ਰੂਪ ਵਿੱਚ? ਕਹਿੰਦੇ ਪਾਠ ਅਸੀਂ ਕਰਾਂਗੇ, ਪੈਸੇ ਸਾਨੂੰ ਜਮ੍ਹਾਂ ਕਰਾਓ, ਅਰਦਾਸ ਤੁਹਾਡੀ ਪੂਰੀ ਹੋਏਗੀ। ਬਾਬਾ ਜੀ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਇੱਦਾਂ ਵਰਤ ਰਹੇ ਹੈ। 5000 ਕਹਿੰਦੇ ਸਾਨੂੰ ਜਮ੍ਹਾਂ ਕਰਾਓ, ਹੁਕਮਨਾਮਾ ਤੁਹਾਡੇ ਘਰੇ, ਅਰਦਾਸ ਤੁਹਾਡੀ ਪੂਰੀ ਹੋ ਜਾਏਗੀ। ਅਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕੀ ਕਹਿੰਦੇ ਆ ਜੀ ਬਾਣੀ ਅੰਦਰ? ਬਾਬੇ ਕਹਿੰਦੇ ਬਾਣੀ ਨਾ ਪੜ੍ਹੋ, ਪੈਸੇ ਜਮ੍ਹਾਂ ਕਰਾਓ। ਅਤੇ ਗੁਰੂ ਜੀ ਤੋਂ ਪੁੱਛੀਏ, ਮਹਾਰਾਜ ਜੀ ਪੈਸੇ ਜਮ੍ਹਾਂ ਕਰਵਾ ਕੇ ਜਿਹੜਾ ਪਾਠ ਕਰਵਾਉਂਦੇ ਹਾਂ, ਪਰਚੀਆਂ ਕੱਟਣ ਵਾਲੇ ਬਾਬਿਆਂ ਨੂੰ ਪੈਸੇ ਦਿੰਦੇ ਹਾਂ, ਸੁੱਖਾਂ ਸੁੱਖਦੇ ਹਾਂ, ਗੁਰੂ ਪਿਆਰ ਵਾਲੇ, ਜਿਹੜੀ ਸੁੱਖ ਹੈ ਨਾ, ਗੁਰਮਤ ਸੁੱਖ ਨੂੰ ਨਹੀਂ ਮੰਨਦੀ। ਸੁੱਖ ਦਾ ਦੂਸਰਾ ਨੁਕਤਾ ਕੀ ਹੈ ਜੀ? ਸੁੱਖ, ਸੁੱਖ ਤੋਂ ਭਾਵ ਇਹ ਮੰਨ ਲਓ ਵੀ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਅੱਗੇ ਸੁੱਖ ਸੁੱਖਦਾ ਹੈ, ਉਹ ਆਪਦਾ ਕੰਮ ਕਰਾਉਣ ਲਈ ਗੁਰੂ ਗ੍ਰੰਥ ਸਾਹਿਬ ਨਾਲ ਸੌਦਾਬਾਜ਼ੀ ਕਰਦਾ। ਮਤਲਬ ਕੀ? ਵੀ ਜੇ ਬਾਬਾ ਤੂੰ ਮੇਰਾ ਕੰਮ ਕਰੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ, ਸੁੱਖ ਦਾ ਮਤਲਬ ਇਹੀ ਹੈ ਨਾ ਜੀ, ਵੀ ਸੁੱਖ ਸੁੱਖ ਲਈ ਕਿਸੇ ਭੈਣ ਨੇ, ਵੀਰ ਨੇ, ਵੀ ਬਾਬਾ ਮੈਂ ਸੁੱਖ ਦਾ ਸੁੱਖ, ਵੀ ਜੇ ਤੈਂ ਕਰਤਾ ਮੇਰਾ ਕੰਮ ਫਿਰ ਤਾਂ ਅਖੰਡ ਪਾਠ ਪੱਕਾ, ਜੇ ਤੂੰ ਮੇਰਾ ਕੰਮ ਨਾ ਕੀਤਾ ਫਿਰ ਬਾਬਾ ਤੂੰ ਗੁਰਦੁਆਰਾ ਸਾਹਿਬ ਮੈਂ ਆਪਣੇ ਕਰੇ। ਕਿਉਂਕਿ ਸੌਦਾ ਕਰ ਲਿਆ ਨਾ ਜੀ, ਸੌਦਾ, ਸਿੱਖ ਭਾਈ ਗੁਰੂ ਨਾਲ ਸੌਦਾ ਨਹੀਂ ਕਰਦਾ, ਸਿੱਖ ਗੁਰੂ ਜੀ ਦੇ ਬਚਨਾਂ ਨੂੰ ਕਮਾਉਂਦਾ ਹੈ। ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਕਮਾਏ ਨੇ, ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਮਹਾਰਾਜ ਬਣੇ ਨੇ। ਇੱਥੋਂ ਸਿੱਖਿਆ ਸਾਨੂੰ ਇਹ ਮਿਲਦੀ ਹੈ ਕਿ ਸਿੱਖਾ ਗੁਰੂ ਜੀ ਦੇ ਬਚਨ ਨੂੰ ਜੀਵਨ ਵਿੱਚ ਕਮਾ ਲਈ, ਤੇਰਾ ਭਲਾ ਕਿੰਨਾ ਕੁ ਹੋ ਜਾਏਗਾ ਤਾਂ ਗੁਰੂ ਸਾਹਿਬ ਹੀ ਜਾਣਦੇ ਨੇ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖ ਨੂੰ ਮਨ੍ਹਾ ਕੀਤਾ ਕਿ ਪਰ ਇਸਤਰੀ, ਪਰ ਪੁਰਸ਼ ਦਾ ਸਿੱਖ ਨੇ ਮਿਲਾਪ ਨਹੀਂ ਕਰਨਾ, ਸਰੀਰਕ ਸੰਬੰਧ ਨਹੀਂ ਬਣਾਉਣੇ, ਅਤੇ ਕੁਝ ਕੁ ਸਮੇਂ ਤੋਂ ਡਾਕਟਰ ਇਹ ਗੱਲ ਕਹਿਣ ਲੱਗੇ ਹੈ ਵੀ ਏਡਜ਼ ਦੀ ਬਿਮਾਰੀ ਫੈਲਦੀ, ਤਾਂ ਬਾਬਾ ਜੀ ਨੇ ਪਹਿਲਾਂ ਹੀ ਕਹਿਤਾ ਸੀ। ਜੇਕਰ ਵਿਗਿਆਨੀਆਂ ਨੇ ਗੱਲ ਕਲੀਅਰ ਕੀਤੀ ਹੈ ਵੀ ਤੰਬਾਕੂ ਖਾਣ ਨਾਲ ਮੂੰਹ ਦਾ ਕੈਂਸਰ ਹੋਏਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਗੁਰੂ ਪਿਆਰ ਵਾਲਿਓ, ਆਪਾਂ ਨੂੰ ਪਹਿਲਾਂ ਹੀ ਕਹਿ ਗਏ ਸਿੱਖਾਂ ਤੰਬਾਕੂ ਨਾ ਵਰਤੀ। ਜੇ ਉਦੋਂ ਸਵਾਲ ਕਰ ਦਿੰਦੇ ਗੁਰੂ ਜੀ ਅੱਗੇ ਕੋਈ ਆਪਣੇ ਵਰਗਾ ਹੋਵੇ, ਉਹ ਸੋਚਦਾ ਹੋਊ ਵੀ ਬਾਬਾ ਤੰਬਾਕੂ ਕਿਉਂ ਨਹੀਂ ਖਾਣਾ, ਕੀ ਹੋਊਗਾ? ਇਹ ਤਾਂ ਗੁਰੂ ਜਾਣਦਾ ਭਾਈ ਵੀ ਹੋਊਗਾ ਕਿ ਬਸ ਤੂੰ ਬਚਨ ਮੰਨ ਲਿਆ ਕਰ, ਤੇਰਾ ਬਚਨ ਮੰਨਣ ਵਿੱਚ ਹੀ ਭਲਾ ਭਾਈ, ਗੁਰੂ ਜੀ ਦਾ ਬਚਨ ਕਮਾਉਣ ਦੇ ਨਾਲ ਹੀ ਤੇਰਾ ਭਲਾ ਹੈ, ਗੁਰੂ ਅੱਗੇ ਕਿੰਤੂ ਪਰੰਤੂ ਨਾ ਕਰਿਆ ਕਰ ਬਸ। ਜੇ ਜਿਹੜੇ ਮਾਂ ਬਾਪ ਦਾ ਬਚਨ ਬੱਚੇ ਕਮਾਉਂਦੇ ਹੈ ਤਾਂ ਫਿਰ ਮਾਂ ਬਾਪ ਦੀ ਖੁਸ਼ੀ ਵੀ ਲੈਂਦੇ ਹੈ, ਅਤੇ ਕਲਾਸ ਦੇ ਵਿੱਚ ਬੱਚੇ ਜਿਹੜੇ ਪੜ੍ਹਾਈ ਵਿੱਚ ਬੇਸ਼ੱਕ ਥੋੜ੍ਹੇ ਬਹੁਤੇ ਕਮਜ਼ੋਰ ਹੋਣ, ਟੀਚਰ ਦੇ ਆਗਿਆਕਾਰ ਹੋਣ, ਟੀਚਰ ਬਹੁਤ ਪਿਆਰ ਕਰਦਾ, ਕਿਉਂਕਿ ਇਕੱਲਾ ਪੜ੍ਹਾਈ ਦਾ ਨੰਬਰ ਨਹੀਂ ਜੀ ਲੱਗਦਾ, ਨੋਟ ਕਰਿਓ, ਇਕੱਲੇ ਪੜ੍ਹਾਈ ਦੇ ਨੰਬਰ ਕਲਾਸ ਵਿੱਚ ਨਹੀਂ ਲੱਗਦੇ, ਨੰਬਰ ਸਾਰੇ ਪੱਖ ਤੋਂ ਲੱਗਦਾ ਵੀ ਬੱਚੇ ਦਾ ਡਿਸਿਪਲਿਨ ਕਿੱਦਾਂ, ਇਹਦੀ ਰਹਿਣੀ ਸਹਿਣੀ ਕਿੱਦਾਂ ਦੀ ਹੈ, ਇਹਦਾ ਬੋਲ ਬਾਣੀ ਕਿੱਦਾਂ ਦੀ ਹੈ, ਕੰਪਲੀਟ ਨੰਬਰ
ਲਾ ਕੇ ਇੱਕ ਐਜੂਕੇਸ਼ਨ ਵਾਲਾ ਸਕੂਲ ਵਿੱਚੋਂ ਸਰਟੀਫਿਕੇਟ ਮਿਲਦਾ ਅਤੇ ਇੱਕ ਨਾਲ ਕਰੈਕਟਰ ਵਾਲਾ ਵੀ ਮਿਲਦਾ ਹੈ। ਇੱਕ ਕਰੈਕਟਰ ਸਰਟੀਫਿਕੇਟ, ਇੱਕ ਤੇਰੀ ਪੜ੍ਹੀ ਹੋਈ ਪੜ੍ਹਾਈ। ਪੜ੍ਹਾਈ ਤੋਂ ਪਹਿਲਾਂ ਜਿੱਥੇ ਵੀ ਤੂੰ ਕਿਤੇ ਜੋਬ ਲਈ ਜਾਏਗਾ, ਕਿਤੇ ਲਈ ਜਾਵੇਂਗਾ, ਗੁਰੂ ਕੇ ਪਿਆਰ ਵਾਲਿਆ ਵੀਰਾ, ਤੇਰਾ ਸੰਸਾਰੀ ਤੌਰ 'ਤੇ ਪਹਿਲਾਂ ਅਗਲੇ ਨੇ ਕਰੈਕਟਰ ਵੇਖਣਾ ਹੈ। ਅਤੇ ਗੁਰੂ ਵੀ ਤੇਰੀ ਬਾਣੀ ਕਿੰਨੀ ਪੜ੍ਹੀ, ਤੂੰ ਸਮਝਿਆ ਕਿੱਦਾਂ, ਉਹ ਤੇਰੇ ਕਰੈਕਟਰ ਤੋਂ ਪਤਾ ਲੱਗਣਾ, ਤੇਰੇ ਮੋਬਾਈਲ ਦੇ ਵਿੱਚ ਪਾਏ ਹੋਏ ਸਮਾਨ ਤੋਂ ਪਤਾ ਲੱਗਣਾ ਵੀ ਤੂੰ ਗੁਰੂ ਜੀ ਦੀ ਬਾਣੀ ਕਿੰਨੀ ਪੜ੍ਹ ਰਿਹਾ, ਕਿੰਨੀ ਕਮਾ ਰਿਹਾ। ਤੇਰਾ ਕਰੈਕਟਰ ਦੱਸੇਗਾ ਵੀ ਤੇਰੇ ਅੰਦਰ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਨੇ ਜਾਂ ਨਹੀਂ। ਉਹ ਤੇਰਾ ਦੁਨੀਆ ਵਿੱਚ ਰਹਿਣਾ, ਚੱਲਣਾ, ਤਰੀਕਾ, ਜ਼ਿੰਦਗੀ ਜਿਉਣੀ ਕਿ ਗੁਰਮਤ ਮੁਤਾਬਕ ਕਾਰਜ ਕਰਦਾ। ਜਿਹੜੇ ਵੀਰ ਭੈਣ ਭਰਾ ਅੱਜ ਬਹੁ ਗਿਣਤੀ ਵਿੱਚ ਗੁਰਮਤ ਨੂੰ ਸਮਝਣ ਲੱਗ ਗਏ ਨੇ, ਉਹ ਭੈਣ ਭਰਾਵਾਂ ਦੇ ਅੰਦਰ ਜੀ ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਏ ਨੇ। ਹੋਣਗੇ ਨਹੀਂ ਜੀ, ਗੁਰੂ ਨਾਨਕ ਸਾਹਿਬ ਉਹਨਾਂ ਦੇ ਅੰਦਰ ਪ੍ਰਗਟ ਨੇ, ਕਿਉਂਕਿ ਜੋ ਗੁਰੂ ਜੀ ਕਹਿੰਦੇ ਨੇ ਉਹ ਮੰਨਦੇ ਨੇ। ਗੁਰੂ ਜੀ ਕਹਿੰਦੇ ਮੜੀਆਂ ਕਬਰਾਂ 'ਤੇ ਨਹੀਂ ਜਾਣਾ, ਉਹ ਕਹਿੰਦੇ ਨਹੀਂ ਜਾਣਾ। ਪਿੰਡ ਵਾਲੇ ਕੀ ਕਹਿੰਦੇ ਆ, ਉਹਨਾਂ ਨੂੰ ਕੋਈ ਮਤਲਬ ਨਹੀਂ। ਗੁਰੂ ਜੀ ਕਹਿੰਦੇ ਵਿਆਹ ਸ਼ਾਦੀ ਵਿੱਚ ਮੀਟ ਸ਼ਰਾਬ ਨਹੀਂ ਵਰਤਾਉਣਾ, ਅਤੇ ਉਹ ਕਹਿੰਦੇ ਨਹੀਂ ਵਰਤਾਉਣਾ, ਕਿਉਂਕਿ ਗੁਰੂ ਜੀ ਦੇ ਬਚਨ ਨੂੰ ਮੰਨ ਲਿਆ। ਬਸ ਵਿਆਹ ਸ਼ਾਦੀ ਵਿੱਚ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਸਟੇਜਾਂ 'ਤੇ ਨਹੀਂ ਨਚਾਉਣੀਆਂ, ਅਤੇ ਉਹ ਕਹਿੰਦੇ ਬਸ ਗੁਰੂ ਜੀ ਅਸੀਂ ਨਹੀਂ ਨਚਾਉਣੀਆਂ। ਗੁਰਮਤ ਮੁਤਾਬਕ ਬੜੇ ਵਿਆਹ ਹੋ ਰਹੇ ਨੇ ਜੀ। ਸੋ ਕਹਿਣ ਤੋਂ ਭਾਵ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਵੀਰੋ ਭੈਣੋ, ਆਪਣਾ ਭਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਰਨਾ ਹੈ, ਅਤੇ ਭਲਾ ਕਿਹਨਾਂ ਦਾ ਹੋਇਆ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਸੁਣਿਆ ਹੈ। ਦੇਖਣ ਵਾਲੇ ਦਾ ਭਲਾ ਨਹੀਂ ਹੋਇਆ ਜੀ, ਮਾਫ਼ ਕਰਿਓ। ਇੱਦਾਂ ਹੁਣ ਦੇਖਣ ਨੂੰ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ ਆਪਾਂ ਸਾਰੇ ਵੇਖ ਰਹੇ ਹਾਂ, ਦੇਖਣ ਨਾਲ ਭਲਾ ਨਹੀਂ ਹੋਣਾ। ਬਾਪੂ ਨਾਲ ਗੱਲਾਂ ਕਰਕੇ, ਗੁਰੂ ਜੀ ਨਾਲ ਗੱਲਾਂ ਕਰਕੇ ਆਪਣਾ ਭਾਈ ਭਲਾ ਹੋਣਾ। ਕਿਸ ਤਰ੍ਹਾਂ ਜਿਵੇਂ ਇੱਕ ਮਾਂ ਦਾ ਪੁੱਤ ਪਰਦੇਸੀ ਹੈ, ਪੁਰਾਣੇ ਸਮਿਆਂ ਵਿੱਚ ਚਿੱਠੀ ਦਾ ਜਿਹੜਾ ਸਿਸਟਮ ਸੀ, ਅਤੇ ਜਦੋਂ ਪੁੱਤਰ ਨੇ ਮਾਂ ਬਾਪ ਨੂੰ ਚਿੱਠੀ ਲਿਖੀ, ਪਹਿਲੀ ਲਾਈਨ ਵਿੱਚ ਲਿਖਦਾ, ਅੱਗੇ ਮਿਲੇ ਸਤਿਕਾਰਯੋਗ ਮਾਤਾ ਪਿਤਾ ਜੀ, ਮੈਂ ਆਪਣੀ ਜਗ੍ਹਾ ਪਰ ਖੁਸ਼ੀ ਠੀਕ ਠਾਕ ਹਾਂ। ਜਦੋਂ ਅਗਲੀ ਲਾਈਨ ਲਿਖਦਾ, ਬੇਬੇ ਮੈਨੂੰ ਤੇਰੀ ਬੜੀ ਯਾਦ ਆਉਂਦੀ ਹੈ, ਅਤੇ ਮਾਂ ਪੜ੍ਹ ਕੇ ਚਿੱਠੀ ਸੁਣ ਰਹੀ ਹੈ ਅਤੇ ਪੁੱਤ ਕੋਲ ਨਹੀਂ ਹੈ, ਉਦੋਂ ਸੁਰਤ ਦੇ ਤਲ 'ਤੇ ਮਨ ਭਾਵਕ ਹੋ ਜਾਂਦਾ, ਮਾਤਾ ਦੀਆਂ ਅੱਖਾਂ ਵਿੱਚੋਂ ਨੀਰ ਚੱਲਣਾ ਸ਼ੁਰੂ ਹੋ ਜਾਂਦਾ। ਅਤੇ ਜਦੋਂ ਅਗਲੀ ਲਾਈਨ ਪੜ੍ਹਦੀ ਹੈ, ਬੇਬੇ ਫਿਕਰ ਨਾ ਕਰੀ, ਬਾਪੂ ਫਿਕਰ ਨਾ ਕਰੀ, ਜਿਹੜਾ ਕਰਜ਼ਾ ਚੱਕ ਕੇ ਮੈਨੂੰ ਪੜ੍ਹਾਇਆ ਸੀ, ਮੈਨੂੰ ਤਾਂ ਨੌਕਰੀ 'ਤੇ ਲਵਾਇਆ ਸੀ, ਬਾਪੂ ਇੱਕ ਸਾਲ ਟਿਕ ਜਾ, ਜਿਹੜਾ ਸਾਡੇ ਪੈਸੇ ਲੈਣ ਵਾਲਾ ਘਰ ਵਿੱਚ ਗੇੜੇ ਮਾਰਦਾ ਨਾ, ਬਾਪੂ 6 ਮਹੀਨੇ ਰੁਕ ਜਾ, ਆਪਾਂ ਸਾਰਾ ਕਰਜ਼ਾ ਲਾ ਦਿਆਂਗੇ। ਅਤੇ ਮਾਂ ਬਾਪ ਨੂੰ ਹੌਸਲਾ ਹੋ ਜਾਂਦਾ, ਵਾਹ ਪੁੱਤਰਾ ਸ਼ਾਬਾਸ਼। ਇੱਦਾਂ ਹੀ ਹੈ ਜੀ, ਫੀਲਿੰਗ ਹੈ ਨਾ। ਇਸ ਤਲ 'ਤੇ ਬਾਣੀ ਨੂੰ ਆਪਾਂ ਸਮਝਣਾ, ਜਦੋਂ ਗੁਰੂ ਜੀ ਨਾਲ ਗੱਲਾਂ ਕਰਨੀਆਂ ਨੇ, ਬਾਣੀ ਨੂੰ ਪੜ੍ਹਨਾ ਹੈ, ਉਦੋਂ ਸਾਡੇ ਅੰਦਰ ਚੱਲੇ ਉਹ ਗੱਲਬਾਤ। ਇਹ ਨਾ ਹੋਵੇ ਵੀ ਬਸ ਪੜ੍ਹਿਆ, ਮੂਲ ਜਪ ਜੀ ਸਾਹਿਬ ਬਾਥਰੂਮ ਵਿੱਚ ਹੀ ਸ਼ੁਰੂ ਕੀਤਾ, ਉੱਥੇ ਹੀ ਸਮਾਪਤ ਕੀਤਾ। ਕਿਲੋਮੀਟਰ ਨਹੀਂ ਜੀ ਪੂਰੇ ਕਰਨੇ, ਮਾਫ਼ ਕਰਨਾ ਵੀ ਬਾਣੀ ਨੂੰ ਸਪੀਟਾਂ ਨਾਲ ਨਹੀਂ ਨਿਬੇੜਨਾ ਵੀ ਫਟਾਫਟ ਨਿਬੇੜ ਦਿਉ ਜੀ, ਨਿਤਨੇਮ ਹੋ ਗਿਆ, ਹਾਂਜੀ ਹੋ ਗਿਆ, ਨਹੀਂ ਨਹੀਂ, ਟਿੱਕ ਮਾਰ ਨਹੀਂ ਕਰਨਾ। ਗੁਰੂ ਜੀ ਨੂੰ ਸੁਣਨਾ, ਪਿਆਰ ਨਾਲ ਸੁਣਨਾ ਮਹਾਰਾਜ ਜੀ ਦੇ ਬਚਨਾਂ ਨੂੰ। ਗੁਰੂ ਜੀ ਕਿਰਪਾ ਕਰਨ ਆਪਣੇ ਜੀਵਨ ਵਿੱਚ, ਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਨਾਲ ਸਾਡੇ ਜੀਵਨ ਵਿੱਚ ਵੀ ਭਾਈ ਗੁਰਸਿੱਖੋ ਚਾਨਣ ਹੋ ਜਾਏ, ਕਿਤੇ ਸਾਰੀ ਉਮਰ ਮੜੀਆਂ ਕਬਰਾਂ 'ਤੇ ਧੱਕੇ ਖਾਂਦੇ ਖਾਂਦੇ ਇਸ ਦੁਨੀਆ ਤੋਂ ਨਾ ਚਲੇ ਜਾਈਏ, ਅਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰੀਏ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਇਹ ਗੱਲ ਕਹਿੰਦੇ ਆ ਜੀ ਗੁਰੂ ਗ੍ਰੰਥ ਸਾਹਿਬ ਅੰਦਰ ਕਿ ਸਿੱਖਾ ਕਰਨ ਕਾਰਨ ਪ੍ਰਭ ਏਕ ਹੈ। ਬਾਬਾ ਜੀ ਕਹਿੰਦੇ ਆ, ਕਹਿੰਦੇ ਇੱਕ ਹੈ, ਦੂਸਰਾ ਨਾ ਹੀ ਕੋਈ, ਕਹਿੰਦੇ ਦੂਜਾ ਕੋਈ ਹੈ ਹੀ ਨਹੀਂ। ਜੇ ਗੁਰੂ ਜੀ ਨੇ ਕਹਿਤਾ ਤਾਂ ਸਾਡਾ ਮਨ ਮੰਨ ਜਾਏ ਵੀ ਬਾਬਾ ਜੀ ਤੁਸੀਂ ਕਹਿਤਾ, ਬਸ ਸੱਤ ਹੈ। ਸੋ ਆਓ ਵੀਰ ਅਮਰਜੀਤ ਸਿੰਘ ਜੀ ਮਾਂਗੇਵਾਲ, ਇਹਨਾਂ ਪਾਸੋਂ ਆਪਾਂ ਗੁਰਮਤ ਵਿਚਾਰਾਂ ਸਰਵਣ ਕਰੀਏ। ਗੁਰੂ ਸਾਹਿਬ ਕਿਰਪਾ ਕਰਨ, ਹੋਈਆਂ ਬੇਅੰਤ ਭੁੱਲਾਂ ਲਈ ਖਿਮਾ। ਅਤੇ ਕੌਮੀ ਸੋਚ ਦੇ ਸੰਚਾਲਕ ਵੀਰ ਮੰਗਲ ਸਿੰਘ, ਜਿਹੜਾ ਇਹ ਸਮਾਗਮ ਜੀ ਆਪਣੇ ਪਿੰਡ ਦਾ ਹੋ ਰਿਹਾ, ਤਕਰੀਬਨ 2-2 ਸੌ 4-5 ਕੰਟਰੀਆਂ ਵਿੱਚ ਇਹ ਲੈਬ ਹੋ ਰਿਹਾ, ਆਲ ਵਰਲਡ ਜਿਹੜੀ ਇੱਥੇ ਗੱਲ ਗੁਰੂ ਜੀ ਹੋ ਰਹੀ ਹੈ ਨਾ ਜੀ, ਇਹ ਕਿਰਪਾ ਹੈ ਗੁਰੂ ਸਾਹਿਬ ਜੀ ਦੀ। ਦੇਖੋ ਮੀਡੀਆ ਨਾ, ਇਹਨੂੰ ਵਰਤਣ ਦਾ ਤਰੀਕਾ ਹੈ, ਗੁਰੂ ਗਿਆਨ ਨਾਲ ਜਦੋਂ ਵਰਤਦੇ ਹਾਂ, ਹਰ ਦੁਨੀਆ ਦੇ ਹਰ ਕੋਨੇ 'ਚ ਆਹ ਸਟੇਜ ਤੋਂ ਹੋ ਰਹੀ ਵਿਚਾਰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚ ਰਹੀ ਹੈ। ਸਾਰੇ ਅਮੈਰੀਕਾ, ਕਨੇਡਾ, ਇੰਗਲੈਂਡ, ਸਾਰੀ ਦੁਨੀਆ ਵਿੱਚ ਇਹ ਲਾਈਵ ਟੈਲੀਕਾਸਟ ਹੋ ਰਿਹਾ ਸਮਾਗਮ। ਸੋ ਗੁਰੂ ਸਾਹਿਬ ਕਿਰਪਾ ਕਰਨ, ਦੁਨੀਆ ਦੇਖੋ ਜੀ ਕਿੱਥੇ ਬਾਹਰ ਬਹਿ ਕੇ ਕਿੰਨੇ ਲੱਖਾਂ ਲੋਕ ਸੁਣ ਰਹੇ ਹੈ, ਅਤੇ ਆਪਾਂ ਆਪਣੇ ਨਗਰ ਵਿੱਚੋਂ ਆ ਕੇ ਹਜੇ ਤੱਕ ਗੁਰੂ ਜੀ ਦੇ ਬਚਨਾਂ ਨੂੰ ਨਹੀਂ ਸੁਣਿਆ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨਾਲ ਜਦੋਂ ਸਾਡਾ ਪਿਆਰ ਬਣ ਗਿਆ ਨਾ ਜੀ, ਬੰਦਾ ਸੁਣਦਾ ਕਿਹਨੂੰ ਹੈ ਜੀ, ਨੋਟ ਕਰੋ ਪੁਆਇੰਟ, ਸੁਣਦਾ ਕਿਹਨੂੰ ਹੈ, ਜਿਹਦੇ ਨਾਲ ਪਿਆਰ ਹੈ।
ਸੁਣੇਗਾ ਹੀ ਉਹਨੂੰ ਜਿਹਦੇ ਨਾਲ ਪਿਆਰ ਹੈ। ਆੜੀ ਕਿਹਦੇ ਨਾਲ? ਬੱਚੇ ਦੀ। ਬੱਚੇ ਖੇਡਦੇ ਨੇ, ਬੱਚੇ ਦੀ ਆੜੀ ਕਿਹਦੇ ਨਾਲ ਪੈਂਦੀ ਹੈ? ਜਿਹਦੀਆਂ ਜਿਹੜੇ ਨੂੰ ਬੱਚੇ ਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ ਉਹਦਾ ਪੱਕਾ ਆੜੀ ਬਣ ਜਾਂਦਾ ਹੈ। ਅਤੇ ਸਾਡਾ ਗੁਰੂ ਜੀ ਦੇ ਬਚਨਾਂ ਨਾਲ ਪਿਆਰ ਪੈ ਜਾਏ। ਹੋਈਆਂ ਬੇਅੰਤ ਭੁੱਲਾਂ ਲਈ ਖਿਮਾ। ਆਓ ਵੀਰ ਜੀ ਹੋਰਾਂ ਪਾਸੋਂ ਗੁਰਮਤ ਵਿਚਾਰਾਂ ਸਰਵਣ ਕਰੀਏ। ਅਦਬ ਅਤੇ ਪਿਆਰ ਸਹਿਤ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।